ਸਾਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ। ਵੈਲਕਮ ਟੂ ਮਾਈ ਚੈਨਲ ਹਾਰਦਿਕ ਸੁਖਮੀਤ ਰਾਏ ਵਲੋਗਸ। ਗਾਈਸ, ਸੀਨ ਕੁਛ ਇਸ ਤਰ੍ਹਾਂ ਹੋ ਗਿਆ ਕਿ ਮੈਂ 3 ਵਜੇ ਦਾ ਸੁੱਤਾ ਹੋਇਆ ਸੀ, ਹੁਣ 5 ਵਜ ਗਏ ਸ਼ਾਮ ਦੇ। ਪੂਜਾ ਵੀ ਸੌ ਚੁੱਕੀ ਸੀ ਦੂਸਰੇ ਰੂਮ 'ਚ ਅਤੇ ਮੈਂ ਤਾਂ ਸੁੱਤਾ ਹੋਇਆ ਸੀ, ਅਤੇ ਹੁਣ ਸ਼ਾਮ ਦਾ ਵਲੋਗ ਅੱਜ ਸ਼ਾਮ ਨੂੰ ਕਰਦੇ ਹਾਂ ਸ਼ੁਰੂ। ਫਿਲਹਾਲ ਅਸੀਂ ਚਾਹ ਪੀ ਰਹੇ ਹਾਂ ਸ਼ਾਮ ਦੀ। ਪੂਜਾ ਖਾ ਰਹੀ ਹੈ ਚਨੇ ਪੂਰੀ। ਪੂਜਾ ਅਤੇ ਬੱਚੇ ਚਲੇ ਗਏ ਗਾਈਜ਼ ਟਿਊਸ਼ਨ 'ਤੇ, ਅਤੇ ਗਾਈਜ਼ ਹੁਣ ਆਏ ਹਾਂ ਛੱਤ 'ਤੇ। ਸਵੇਰ ਦੇ ਬੱਚੇ ਚਲੇ ਗਏ ਸੀਗੇ ਸਕੂਲ, ਸਕੂਲ ਜਾਣ ਤੋਂ ਬਾਅਦ 1 ਵਜੇ ਆ ਜਾਂਦੇ ਆ, ਅਤੇ ਬਾਅਦ ਵਿੱਚ ਥੋੜ੍ਹੇ ਬੈਂਕ ਦੇ ਕੰਮ ਹੀ ਉਹ ਕੀਤੇ ਅੱਜ। ਉਹ ਕਰਨ ਤੋਂ ਬਾਅਦ ਕਰੀਬ ਕਰੀਬ 3 ਵਜ ਗਏ, 2:45 ਮੈਂ ਘਰ ਆਈ, 3 ਵਜੇ ਸੌ ਗਿਆ ਸੀ। ਹੁਣ ਉੱਠੇ ਹਾਂ, ਚਾਹ ਪੀਤੀ ਆ, ਹੁਣ ਮੈਂ ਅਤੇ ਪੂਜਾ ਆਏ ਹਾਂ ਛੱਤ 'ਤੇ। ਇੱਕ ਗੱਲ ਹੈਗੀ ਆ ਵੀ ਜਿੰਨੇ ਵੀ ਤੁਸੀਂ ਸਾਰੇ ਮੇਰੀ ਵੀਡੀਓ ਵੇਖਦੇ ਹੋ, ਬਹੁਤ ਖੁਸ਼ੀ ਹੁੰਦੀ ਹੈ। ਔਰ ਕਈ ਜਣੇ ਕਮੈਂਟ ਕਰਦੇ ਆ, ਕਈ ਨਹੀਂ ਵੀ ਕਰਦੇ, ਕਈ ਫੋਨ ਵੀ ਕਰਦੇ ਆ, ਅੱਛਾ ਵਲੋਗ ਬਣਿਆ, ਬਟ ਕਮੈਂਟ ਜ਼ਰੂਰ ਕਰਿਆ ਕਰੋ। ਤਾਂ ਕਿ ਚਾਹੇ ਕਮੈਂਟ ਹੋ, ਤੁਸੀਂ ਮੇਰਾ ਮੈਨੂੰ ਕੁਛ ਠੀਕ ਕਰਨ ਲਈ ਕੀ ਕਰੋ, ਜਿਵੇਂ ਕੱਲ੍ਹ ਸਾਡੇ ਇੱਕ ਵਿਊਅਰ ਸੀਗੇ, ਉਹਨਾਂ ਨੇ ਕਿਹਾ ਪੰਜਾਬੀ 'ਚ ਗੱਲ ਕਰਿਆ ਕਰੋ, ਇਸ ਕਰਕੇ ਅਸੀਂ ਪੰਜਾਬੀ 'ਚ ਕਰਨੀ ਸ਼ੁਰੂ ਕਰਤੀ ਆ। ਅਤੇ ਕਮੈਂਟ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਕੁਛ ਚੇਂਜ ਲੱਗੇ ਵੀ ਇਹ ਚੀਜ਼ ਚੇਂਜ ਹੋਣੀ ਚਾਹੀਦੀ ਆ, ਕਿਉਂਕਿ ਮੈਂ ਆਪਣੇ ਬਲੌਗ 'ਚ ਅੱਛੇ ਤੋਂ ਅੱਛਾ ਮੈਸੇਜ ਦੇਣਾ ਚਾਹੁੰਦਾ ਵਾਂ ਹਰ ਵਾਰ। ਅਤੇ ਕੁਛ ਫੈਮਿਲੀ ਬਲੌਗ ਹੁੰਦਾ ਮੇਰਾ, ਕੁਛ ਡੇਲੀ ਰੂਟੀਨ 'ਚ ਜੋ ਕੁਛ ਹੁੰਦਾ ਵਾ, ਗਰੀਬ ਕੋਟ ਦਾ ਕੰਮ ਮਕਾਨ ਤੋਂ ਬਾਅਦ ਕੋਸ਼ਿਸ਼ ਕਰੀਦੀ ਕੁਛ ਨਾ ਕੁਛ ਜ਼ਰੂਰ ਕੀਤਾ ਜਾਵੇ। ਤਾਂ ਕਮੈਂਟ ਲਾਈਕ ਯੂ ਲਾਈਕ ਵੀ ਕਰਿਆ ਕਰੋ, ਕਮੈਂਟ ਜ਼ਰੂਰ ਕਰਿਆ ਕਰੋ ਗਾਈ। ਪੂਜਾ ਸਬਜ਼ੀ ਬਣਾਉਣ ਦੀ ਤਿਆਰੀ ਕਰ ਰਹੀ ਆ, ਅਰਬੀ ਬਣੂਗੀ ਅੱਜ। ਕਰੀਬ 2 ਘੰਟੇ ਸੌ ਲਿਆ, ਹੁਣ ਕੋਈ ਕੰਮ ਕਰਨ ਵਾਲਾ ਤਾਂ ਹੈ ਨਹੀਂ, ਤਾਂ ਸੋਚਦਾ ਮੈਂ ਗਰਾਊਂਡ 'ਚ ਚਲਦੇ ਹਾਂ ਗਰਾਊਂਡ 'ਚ ਥੋੜ੍ਹੀ ਬਹੁਤੀ ਸੈਰ ਕਰਦੇ ਹਾਂ, ਤੁਹਾਨੂੰ ਵੀ ਲੈ ਜਾਂਦੇ ਹਾਂ। ਅਤੇ ਗਾਈਜ਼ ਗਰਾਊਂਡ ਪਹੁੰਚ ਚੁੱਕੇ ਹਾਂ, ਗਰਾਊਂਡ ਦਾ ਮਾਹੌਲ ਕੁਛ ਇਸ ਤਰ੍ਹਾਂ ਦਾ ਹੈ। ਸਾਰੇ ਵੱਡੇ ਛੋਟੇ ਸਿਆਣੇ ਲੇਡੀਜ਼ ਸਾਰੇ ਸੈਰ ਸਪਾਟਾ ਕਰ ਰਹੇ ਨੇ। ਅਤੇ ਗਾਈਜ਼ ਤੁਹਾਨੂੰ ਗੇਮ ਦਿਖਾਉਂਦੇ ਹਾਂ ਜੋ ਰੈਗੂਲਰ 'ਤੇ ਖੇਡੀ ਜਾਂਦੀ ਹੈ। ਵੈਰੀ ਗੁੱਡ। ਹੁਣ ਹਲਕੀ ਫੁਲਕੀ ਰਨਿੰਗ ਹੋ ਗਈ ਆ, ਥੋੜ੍ਹੀ ਜਿਹੀ ਐਕਸਰਸਾਈਜ਼ ਕਰਦੇ ਹਾਂ, ਅਤੇ ਕੁਛ ਗੇਮ ਤੁਹਾਨੂੰ ਦਿਖਾਈ ਆ। ਕਮੈਂਟ ਕਰਿਓ ਕਿੱਦਾਂ ਦਾ ਲੱਗਾ, ਕੁਛ ਇੰਸਪੀਰੇਸ਼ਨ ਮਿਲਦੀ ਹੈ ਇਸ ਚੀਜ਼ ਤੋਂ, ਕਿਉਂਕਿ ਕਸਰਤ ਦੀ ਤਾਂ ਬਹੁਤ ਜ਼ਰੂਰਤ ਆ, ਮੈਨੂੰ ਤਾਂ ਬਹੁਤ ਜ਼ਰੂਰਤ ਆ ਪਰਸੋਂ, ਸਾਰਿਆਂ ਨੂੰ ਜ਼ਰੂਰਤ ਆ, ਕਸਰਤ ਜ਼ਰੂਰ ਕਰਨੀ ਚਾਹੀਦੀ ਆ। ਹੁਣ ਹਨੇਰਾ ਹੋ ਗਿਆ, ਗਰਾਊਂਡਸ ਦੀ ਲਾਈਟ ਵਗੈਰਾ ਜਗ ਚੁੱਕੀਆਂ, ਮੈਂ ਮੱਛਰ ਬਹੁਤ ਜ਼ਿਆਦਾ ਮੇਰੇ ਸਿਰ ਦੇ ਉੱਤੇ, ਕਿਤੇ ਹੋਰ ਚੱਲਦੇ ਹਾਂ। ਤੁਸੀਂ ਦੇਖ ਸਕਦੇ ਹੋ ਮੁੰਡੇ ਫੁੱਟਬਾਲ ਦੀ ਗੇਮ ਲਾ ਰਹੇ ਨੇ। ਹਰ ਇੱਕ ਚੀਜ਼ ਇੱਥੇ ਖੇਲੀ ਜਾ ਰਹੀ ਹੈ, ਵਾਲੀਬਾਲ, ਫੁੱਟਬਾਲ, ਕੋਈ ਐਕਸਰਸਾਈਜ਼ ਕਰ ਰਿਹਾ, ਕੋਈ ਰਨਿੰਗ ਕਰ ਰਿਹਾ, ਕੋਈ ਜੋਗਿੰਗ ਕਰ ਰਿਹਾ, ਕੋਈ ਲੁਕ ਲੁਕ ਕੇ ਫੋਨ ਵੀ ਕਰ ਰਿਹਾ, ਸਾਰੇ ਕੰਮ ਹੋ ਰਿਹਾ। ਹੁਣ ਮੈਂ ਘਰ ਆ ਚੁੱਕਿਆ, ਕਰੀਬ 7:15 ਹੋ ਗਿਆ, ਗਰਾਊਂਡ ਵਿੱਚ ਹਨੇਰਾ ਹੋ ਗਿਆ ਸੀ, ਅਤੇ ਮੇਰੇ ਆਉਣ ਤੋਂ ਪਹਿਲਾਂ ਸਾਡੇ ਭਾਈ ਸਾਹਿਬ ਪ੍ਰਦੀਪ ਕੁਮਾਰ ਜੀ, ਭਾਬੀ ਜੀ ਵੀ ਆਏ, ਪਰ ਉਹ ਕੈਮਰੇ ਵਿੱਚ ਨਹੀਂ ਆਉਣਗੇ। ਹੋਰ ਚਾਲੀ ਭਾਜੀ ਠੀਕ ਹੋ? ਹਾਂ ਵਧੀਆ ਵਧੀਆ। ਡਿਊਟੀ ਕਿੱਦਾਂ ਚੱਲਦੀ ਪਈ ਆ? ਬਹੁਤ ਵਧੀਆ ਬਹੁਤ ਵਧੀਆ। ਹਾਂਜੀ, ਤੇ ਫਿਰ ਵਧੀਆ ਰਿਹਾ ਤਿਉਹਾਰ? ਬਹੁਤ ਵਧੀਆ। ਕਰਵਾ ਚੌਥ ਦਾ? ਦੀਵਾਲੀ ਦੁਵਾਲੀ ਆ ਗਈ ਹੈ, ਦੀਵਾਲੀ ਦੁਵਾਲੀ ਦੇ ਸ਼ੌਕੀਨ ਬੰਦੇ ਆ। ਤੇ ਚਲੋ ਮਿਲਦੇ ਥੋੜੀ ਦੇਰ ਤੱਕ, ਚਾਹ ਪੀ ਰਹੇ ਆ। ਤੇ ਮੇਰੇ ਸਾਹਮਣੇ ਭਲਾ ਕੌਣ ਬੈਠਾ ਵਾ? ਬੱਚੋ ਨੇ ਪੂਰਾ ਧਮੂਲ ਮਚਾਇਆ ਹੋਇਆ ਹੈ, ਉਹ ਕੀ ਕਰਦੇ ਪਏ ਹੋ? ਹੈਲੋ ਗਾਈਸ, ਭਈਆ ਆਰਾਮ ਨਾਲ ਖੇਲੋ, ਤੁਸੀਂ ਮੇਰੀ ਗੱਲ ਸੁਣੋ। ਓਹ ਵੇਖੋ ਯਾਰ ਕੀ ਬਣਿਆ ਅੱਜ, ਉਹ ਭਰਾਵਾ ਧਿਆਨ ਨਾਲ ਵੇਖੋ,
बच्चे आए हुए ना पूरा एंजॉय कर रहे हैं। ओ बल्ले, बस 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 बस। ओ गाइस, ये है समृद्धि। हेलो। ये पूजा पंजाबी च गल करनी आ पागला नहीं हरकता वेखो ए ते ए पूजा दी भतीजी है ते पूजा दे डबर वाला पूजा भी छोटी होंदी सेम इस तरह। हेलो गाइस, पूरी गैंग इकट्ठी होई दी अपनी अज। बस 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 बस। खाना नहीं खा के जाना क्यों? ते रात नहीं खाना खा के जायो हुण फिर कदों आओगे दोबारा? संडे नू। संडे नू चल पक्का फिर। ठीक है ओके ध्यान ना जायो। ओके ओ ओ बाय बाय बाय। ते गाइस आज दा ब्लॉग अही कर रहे हैं हुण एंड। खाना खा चुके हैं टाइम हो गया करीब 9:30 रात दा। ते जरूर दस्यो कि तुहानूं जे साडा ब्लॉग ए अज वाला किदां दा लगा। जे चंगा लगा ते जरूर लाइक करियो शेयर करियो कमेंट करियो ते साडे चैनल हार्दिक सुख उम्मीद रहा ब्लॉग्स नूं सबसक्राइब जरूर करियो। थैंक यू सो मच। बाय।